ਅੱਜ ਆਪਣੇ ਜਿਹੜੇ ਕਾਫ ਬੱਚੇ ਸੀਗੇ ਉਹਨਾਂ ਦੀ ਆਪਾਂ ਟੈਗਿੰਗ ਕੀਤੀ ਹੈਗੀ। ਟੈਗਿੰਗ ਕਰਨੀ ਬਹੁਤ ਜ਼ਰੂਰੀ ਹੈਗੀ, ਜੇ ਤੁਸੀਂ ਇਹਨਾਂ ਦਾ ਜਿਹੜਾ ਰਿਕਾਰਡ ਹੈਗਾ ਸਹੀ ਤਰੀਕੇ ਨਾਲ ਰੱਖਣਾ ਹੈਗਾ। ਕੀੜਿਆਂ ਦੀ ਦਵਾਈ ਦੇਵਾਂਗੇ ਵੇਟ ਕਰਨ ਤੋਂ ਬਾਅਦ 93। ਜਿਹੜੇ ਤਿੰਨ ਬੱਚੇ ਨੇਗੇ ਇਹਨਾਂ ਨੂੰ ਆਪਾਂ 12 ਕੈਮਲ ਡੋਜ਼ ਦੇਵਾਂ। ਬੱਚਿਆਂ ਨੂੰ ਆਪਾਂ ਜਲਦੀ ਤਿਆਰ ਕਰਨਾ। ਜਿਹੜੇ ਪਹਿਲੇ 4 ਮਹੀਨੇ ਨੇਗੇ ਇਹਨਾਂ ਦੀ ਡਾਈਟ ਹੈ ਜਿਹੜੀ ਖੁਰਾਕ ਹੈਗੀ ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ। ਪਹਿਲਣ ਬੱਚੀ ਕਿਵੇਂ ਚੰਗਾ ਦੁੱਧ ਦਿੰਦੀ ਹੈਗੀ, ਉਹ ਮਿਲਕ ਪ੍ਰੋਡਕਸ਼ਨ ਪੈਦਾ ਹੋਣੀ ਹੈਗੀ ਉਹ ਇਹਨਾਂ ਦੀ ਪਹਿਲੇ ਮਹੀਨੇ ਤੋਂ ਸ਼ੁਰੂ ਹੋ ਜਾਂਦੀ ਹੈਗੀ। ਜੇ ਆਪਾਂ ਇਹਨਾਂ ਦੀ ਸੇਵਾ ਕਰਾਂਗੇ 4 ਮਹੀਨਿਆਂ ਬਾਅਦ ਤਾਂ ਇਹਨਾਂ ਦੀ ਜਿਹੜੀ ਗਰੋਥ ਹੈਗੀ ਦੇਖੋ ਤਾਂ ਵਧੀਆ ਹੋ ਜਾਊਗੀ। ਪਰ ਵੀਰੋ ਫਿਰ ਜਿਹੜਾ ਦੁੱਧ ਹੈਗਾ ਉਹ ਤਾਂ ਹੀ 17-18 ਲੀਟਰ ਤੇ ਰਹਿ ਜਾਂਦਾ ਹੈਗਾ ਵੀ। ਸਤਿ ਸ੍ਰੀ ਅਕਾਲ ਕਿਸਾਨ ਭਰਾਵੋ, ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ। ਕਿਸਾਨ ਵੀਰੋ, ਅੱਜ ਆਪਣੇ ਜਿਹੜੇ ਕਾਫ ਬੱਚੇ ਸੀਗੇ ਉਹਨਾਂ ਦੀ ਆਪਾਂ ਟੈਗਿੰਗ ਕੀਤੀ ਹੈਗੀ ਤੇ ਭਰਾਵੋ ਟੈਗਿੰਗ ਕਰਨੀ ਬਹੁਤ ਜ਼ਰੂਰੀ ਹੈਗੀ। ਜੇ ਤੁਸੀਂ ਇਹਨਾਂ ਦਾ ਜਿਹੜਾ ਰਿਕਾਰਡ ਹੈਗਾ ਸਹੀ ਤਰੀਕੇ ਨਾਲ ਰੱਖਣਾ ਹੈਗਾ, ਚੰਗੀ ਗਰੋਥ ਲੈਣੀ ਹੈਗੀ ਤੇ ਚੰਗਾ ਸਿਮਲ ਲਾਉਣਾ ਹੈਗਾ, ਅੱਗੇ ਆਪਣਾ ਮਿਲਕਿੰਗ ਰਿਕਾਰਡ ਵੀ ਚੰਗਾ ਹੋਵੇ ਤਾਂ ਸਾਰੇ ਬੱਚਿਆਂ ਦੀ ਟੈਗਿੰਗ ਜ਼ਰੂਰ ਕਰੋ। ਤੇ ਭਰਾਵੋ ਨਾਲ ਆਪਾਂ ਅੱਜ ਇਹਨਾਂ ਦਾ ਜਿਹੜਾ ਵੇਟ ਹੈਗਾ ਉਹ ਕਰਾਂਗੇ ਵੀ ਜਿਹੜੀ ਗਰੋਥ ਹੈਗੀ ਉਹ ਕਿੰਨੀ ਆ ਰਹੀ ਹੈਗੀ। ਪਹਿਲਾਂ ਆਪਾਂ ਕਰਦੇ ਹਾਂ ਆਪਣੀ ਇਸ ਬੱਚੇ ਦਾ ਤੇ ਨਾਲੇ ਵੀਰੋ ਉਸ ਤੋਂ ਬਾਅਦ ਇਹਨਾਂ ਦੀ ਆਪਾਂ ਕਰਾਂਗੇ ਡੀ ਵਾਰਨਿੰਗ, ਮਤਲਬ ਕੀੜਿਆਂ ਦੀ ਦਵਾਈ ਦੇਵਾਂਗੇ ਵੇਟ ਕਰਨ ਤੋਂ ਬਾਅਦ 93। ਤੇ ਕਿਸਾਨ ਵੀਰੋ ਜਿੱਦਾਂ ਹੁਣ ਇਹ ਆਪਾਂ ਅੱਜ ਦੀ ਟੈਗਿੰਗ ਕੀਤੀ ਹੈਗੀ ਟੈਗ ਨੰਬਰ 16 ਗਾ ਤੇ ਅੱਜ ਆਪਾਂ ਇਹਦਾ ਮਤਲਬ ਸਾਰਾ ਡਾਟਾ ਰਿਕਾਰਡ ਰੱਖਾਂਗੇ। 93 ਇਹਦਾ ਜਿਹੜਾ ਹੈਗਾ ਗਾ ਅੱਜ ਵੇਟ ਆਇਆ ਗਾ ਤੇ ਭਰਾਵੋ ਇਸੇ ਦੇ ਵੇਟ ਦੇ ਅਕੋਰਡਿੰਗ ਆਪਾਂ ਮਤਲਬ ਇਹਦੀ ਡੀ ਵਾਰਨਿੰਗ ਕਰਾਂਗੇ। ਤੇ ਸੈਕਿੰਡ ਭਰਾਵੋ ਹੁਣ ਆਪਣੀ ਇਹ ਹੀਫਰ ਹੈਗੀ ਤੇ ਸੈਕਿੰਡ ਭਰਾਵੋ ਆਪਣਾ ਇਹ ਕਾਫ ਹੈਗਾ ਤੇ ਇਹਦੀ ਦੇਖਦੇ ਹਾਂ ਆਪਾਂ ਕਿੰਨੀ ਆ ਰਹੀ ਹੈਗੀ 76। ਤੇ ਕਿਸਾਨ ਵੀਰੋ ਇਹਦੀ ਹੈਗੀ ਆ 76, ਮਤਲਬ ਇਹ 76 ਕਿਲੋ ਵਜ਼ਨ ਆ ਤੇ ਇਹਦਾ ਵੀਰੋ ਹੈਗਾ 93 ਕਿਲੋ ਵਜ਼ਨ। ਤੇ ਹੁਣ ਆਪਾਂ ਕਰਦੇ ਹਾਂਗੇ ਆਪਣੇ ਆ ਜਿਹੜੇ ਤਿੰਨ ਬੱਚੇ ਨੇਗੇ ਇਹਨਾਂ ਦਾ ਵੀ ਵੇਟ। ਤੇ ਕਿਸਾਨ ਵੀਰੋ ਇੱਕ ਵਾਰੀ ਤੁਸੀਂ ਜ਼ਰੂਰ ਮਤਲਬ ਬੱਚਿਆਂ ਦਾ ਵੇਟ ਕਰਿਆ ਕਰੋ, ਵੇਟ ਦੇ ਅਕੋਰਡਿੰਗ ਕੀੜਿਆਂ ਦੀ ਦਵਾਈ ਦਿਆ ਕਰੋ ਤੇ ਭਰਾਵੋ ਫਿਰ ਜਿਹੜਾ ਰਿਜ਼ਲਟ ਆ ਪੂਰਾ ਵਧੀਆ ਰਹਿੰਦਾ ਹੈਗਾ। ਇਹਨਾਂ ਦੀ ਅੱਖਾਂ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ, ਨਾ ਕੋਈ ਪਾਣੀ ਡਿੱਗ ਰਿਹਾ ਹੈਗਾ। ਕਿੰਨਾ ਲੱਗ ਗਿਆ 40। ਤੇ ਭਰਾਵੋ 18 ਨੰਬਰ ਦਾ ਹੈਗਾ 47 ਵੇਟ। ਤੇ ਹੁਣ ਆਪਣਾ ਭਰਾਵੋ ਟੈਗ ਨੰਬਰ 19। ਤੇ ਇਹਦਾ ਕਿਸਾਨ ਵੀਰੋ ਹੈਗਾ 50 ਕੇਜੀ ਵੇਟ ਤੇ ਇਹ ਲਗਭਗ ਆਪਣੀ ਹੈਗਾ ਜਿਹੜਾ ਬੱਚਾ ਇਹ 16-17 ਦਿਨਾਂ ਦਾ ਹੈਗਾ ਤੇ ਮਤਲਬ ਥੋੜੇ ਕੁ ਦਿਨਾਂ ਤੱਕ ਆਪਾਂ ਇਹਦੇ ਜਿਹੜੇ ਸਿੰਗ ਨੇਗੇ ਉਹ ਵੀ ਕਢਾਵਾਂਗੇ। ਤੇ ਲਾਸਟ ਦੇ ਵਿੱਚ ਭਰਾਵੋ ਆਪਣੀ ਹੈਗੀ ਆ 20 ਨੰਬਰ। ਤੇ ਇਹਦਾ ਹੈਗਾ ਕਿਸਾਨ ਭਰਾਵੋ 39 ਕੇਜੀ ਵੇਟ। ਆਪਾਂ ਨੇ ਸਾਰੇ ਬੱਚਿਆਂ ਦੀ ਜਿਹੜੀ ਟੈਗਿੰਗ ਸੀਗੀ ਉਹ ਕੰਪਲੀਟ ਕਰ ਲਈ ਤੇ ਵੀਰੋ ਹੁਣ ਆਪਾਂ ਇਹਨਾਂ ਨੂੰ ਦਵਾਂਗੇ ਕੀੜਿਆਂ ਦੀ ਦਵਾਈ। ਤੇ ਜਿਸ ਤਰ੍ਹਾਂ ਵੀਰੋ ਜਿਹੜਾ ਇਹਦਾ ਵਜ਼ਨ ਸੀਗਾ 76 ਕਿਲੋ ਤੇ ਇਹਨੂੰ ਲਗਭਗ ਆਪਾਂ ਜਿਹੜੀ ਮਤਲਬ ਡੋਜ਼ ਦੇਵਾਂਗੇ ਉਹ ਬਣਦੀ ਹੈਗੀ ਇਹਦੀ 15 ਕੁ ml। ਤੇ ਇੱਦਾਂ ਵੀਰੋ ਫਿਰ ਡੋਜ਼ ਸਹੀ ਤਰੀਕੇ ਨਾਲ ਦਿੱਤੀ ਜਾਂਦੀ ਹੈਗੀ ਜਦੋਂ ਆਪਾਂ ਵੇਟ ਕਰਦੇ ਹਾਂਗੇ। ਮਤਲਬ ਸੈਕਿੰਡ ਬੱਚਾ ਗਾ ਇਹਦਾ ਵਜ਼ਨ ਹੈਗਾ ਸੀ 93 ਤੇ ਵੀਰੋ ਇਹਨੂੰ ਆਪਾਂ ਦੇਵਾਂਗੇ 22 ml ਦੇਵਾਂਗੇ 20-22 ml। ਇਹਨਾਂ ਨੂੰ ਨਾ ਅੱਧੀ ਤੋਂ ਘੱਟ ਘੱਟ ਦੇ ਤਿੰਨਾਂ ਨੂੰ। ਤੇ ਕਿਸਾਨ ਭਰਾਵੋ ਆ ਜਿਹੜੇ ਤਿੰਨ ਬੱਚੇ ਨੇਗੇ ਇਹਨਾਂ ਨੂੰ ਆਪਾਂ 12 ਕੈਮਲ ਡੋਜ਼ ਦੇਵਾਂਗੇ ਕਿਉਂਕਿ ਇਹਨਾਂ ਦੀ ਲੇਟ ਹੋ ਚੁੱਕੀ ਹੈਗੀ। ਇਹ 17-18 ਦਿਨਾਂ ਦੇ ਹੋ ਚੁੱਕੇ ਨੇਗੇ ਪਰ ਦੇਣੀ 12-13 ਦਿਨਾਂ 'ਤੇ ਹੁੰਦੀ ਹੈਗੀ ਅਤੇ ਆਪਾਂ 4-5 ਦਿਨ ਲੇਟ ਆਂਗੇ ਅਤੇ ਅੱਜ ਇਹਨਾਂ ਨੂੰ ਆਪਾਂ ਅੱਜ ਪਹਿਲੀ ਡੋਜ਼ ਦੇਵਾਂਗੇ। ਜੇ ਬੱਚਿਆਂ ਨੂੰ ਆਪਾਂ ਜਲਦੀ ਤਿਆਰ ਕਰਨਾ ਗਾ ਤਾਂ ਜਿਹੜੇ ਪਹਿਲੇ 4 ਮਹੀਨੇ ਨੇਗੇ ਇਹਨਾਂ ਦੀ ਡਾਇਟ ਹੈ ਜਿਹੜੀ ਖੁਰਾਕ ਹੈਗੀ ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈਗੀ। ਕਿਸਾਨ ਵੀਰੋ ਆਪਾਂ ਤੁਹਾਨੂੰ ਇਹਨਾਂ ਦੀ ਜਿਹੜੀ ਪਹਿਲੇ 4 ਮਹੀਨੇ ਦੀ ਡਾਇਟ ਹੈਗੀ ਉਹ ਸਮਝਾ ਦਈਏ। ਬਿਲਕੁਲ ਸੌਖੀ ਡਾਇਟ ਹੈਗੀ, ਕੋਈ ਜ਼ਿਆਦਾ ਇਹ ਨਹੀਂ ਹੈਗਾ ਵੀ ਕੁਛ ਆਪਾਂ ਨੂੰ ਸਪੈਸ਼ਲ ਲੈ ਕੇ ਆਉਣਾ ਪਊਗਾ। ਦੇਖੋ ਜਿਹੜਾ ਦੁੱਧ ਹੈਗਾ ਮੈਂ ਤੁਹਾਨੂੂੰ ਦੁਬਾਰਾ ਦੱਸ ਦਿੰਦਾ ਕਿ ਪਹਿਲੇ 20 ਦਿਨ 7-8 ਲੀਟਰ ਦੁੱਧ ਰੱਖੋ, ਉਸ ਤੋਂ ਬਾਅਦ ਹਰ ਹਫ਼ਤੇ 1-1 ਲੀਟਰ ਇਹਨਾਂ ਦਾ ਦੁੱਧ ਜਿਹੜਾ ਘਟਾਉਂਦੇ ਜਾਓ ਤੁਸੀਂ, ਜਿਵੇਂ 7-6-5 ਐਵੇਂ। ਜਿਹੜੀ ਇਹਨਾਂ ਦੀ ਫੀਡ ਹੈਗੀ ਬੱਚਿਆਂ ਲਈ ਫੀਡ ਉਹ 25 ਦਿਨਾਂ ਦੀ ਚੰਗੀ ਤਰ੍ਹਾਂ ਖਾਣ ਲੱਗ ਦਿੰਦੇ ਕਿ ਤੁਸੀਂ ਮਤਲਬ 15-16 ਦਿਨਾਂ ਦੇ ਇਹਨਾਂ ਨੂੰ ਰੱਖਣਾ ਸ਼ੁਰੂ ਕਰ ਦਿਓ। ਤੇ ਭਰਾਵੋ ਉਸ ਤੋਂ ਬਾਅਦ ਕੀ ਕਰਨਾ ਤੁਸੀਂ 3.5 ਮਹੀਨੇ ਜਾਂ 4 ਮਹੀਨੇ ਤੱਕ ਇਹਨਾਂ ਦੀ ਬੱਚਿਆਂ ਦੀ ਜੋ ਫੀਡ ਆਉਂਦੀ ਹੈਗੀ ਵਧੀਆ ਕੰਪਨੀ ਦੀ ਤੁਸੀਂ ਨੇ ਉਹ ਲੈ ਕੇ ਖਵਾਉਣੀ ਹੈਗੀ, ਇਸ ਤੋਂ ਬਿਨਾਂ ਇਹਨਾਂ ਨੂੰ ਕੁਛ ਨਹੀਂ ਦੇਣਾ ਹੈਗਾ। ਤੇ ਇੱਕ ਭਰਾਵੋ ਜਿਹੜੀ ਡੀ ਵਾਰਨਿੰਗ ਆ ਕੀੜੇ ਦੀ ਦਵਾਈ ਪਹਿਲੇ ਉਹ 12-13 ਦਿਨਾਂ 'ਤੇ ਕਰਨੀ ਹੈਗੀ ਤੇ ਸੈਕਿੰਡ ਵੀਰੋ ਤੁਸੀਂ ਨੇ ਕਰਨੀ ਹੈਗੀ 30 ਦਿਨਾਂ 'ਤੇ ਤੇ ਵੀਰੋ ਥਰਡ ਆ ਜਿਹੜੀ ਉਹ 60 ਦਿਨਾਂ 'ਤੇ, ਉਸ ਤੋਂ ਬਾਅਦ ਵੀਰੋ ਤੁਸੀਂ ਨੇ ਕਰਨੀ ਹੈਗੀ ਇਹ 90 ਦਿਨਾਂ 'ਤੇ।
ਤੇ ਐਦਾਂ ਜ਼ਰੂਰ ਕਰਨੀ ਹੈਗੀ। ਤੇ ਫਿਰ ਦੇਖੋ ਵੀਰੋ ਇਹਨਾਂ ਦਾ ਜਿਹੜਾ ਰਿਜ਼ਲਟ ਹੈਗਾ ਤੁਸੀਂ ਦੇਖ ਸਕਦੇ ਹੋਗੇ ਬਹੁਤ ਸੋਹਣਾ ਆਊਗਾ, ਤੇ ਨਾ ਹੀ ਬੱਚਿਆਂ ਦੇ ਜਿਹੜੇ ਪੇਟ ਨੇਗੇ ਉਹ ਬਾਹਰ ਹੋਣਗੇ। ਤੇ ਭਰਾਓ ਇੱਦਾਂ ਤੁਸੀਂ ਨੇ ਮਤਲਬ ਇਹ ਕਰਨਾ ਗਾ, ਇਹੀ ਇਹਨਾਂ ਦੀ ਸਿੰਪਲ ਡਾਇਟ ਹੈਗੀ, ਅਤੇ ਹੋਰ ਇਹਦੇ ਵਿੱਚ ਕੋਈ ਚੀਜ਼ ਉਹਨੇ ਐਡ ਨਹੀਂ ਕਰਨੀ ਹੈਗੀ। ਕਿਉਂਕਿ ਜਦੋਂ ਬੱਚਿਆਂ ਦਾ ਪੇਟ ਬਾਹਰ ਆਉਣ ਲੱਗ ਜਾਂਦਾ ਵੀਰੋ, ਉਦੋਂ ਉਹਨਾਂ ਦੀ ਗਰੋਥ ਹੈ ਜਿਹੜੀ ਰੁਕ ਜਾਂਦੀ ਹੈਗੀ। ਅਤੇ ਫਿਰ ਜਦੋਂ ਆਪਾਂ ਇਹਨਾਂ ਦੀ ਸੇਵਾ ਕਰਦੇ ਹਾਂਗੇ 4 ਮਹੀਨਿਆਂ ਬਾਅਦ, ਫਿਰ ਉਹ ਗੱਲ ਨਹੀਂ ਬਣਦੀ ਭਰਾਵੋ। ਅਤੇ ਵੀਰੋ ਦੂਸਰੇ ਨੰਬਰ 'ਤੇ ਦੇਖੋ ਆਪਾਂ ਤੁਹਾਨੂੰ ਸਮਝਾਈਏ ਵੀ ਜਿਹੜਾ ਦੁੱਧ ਹੈਗਾ ਉਹ ਪਹਿਲਣ ਬੱਚੀ ਕਿਵੇਂ ਚੰਗਾ ਦੁੱਧ ਦਿੰਦੀ ਹੈਗੀ। ਪਹਿਲੇ 3 ਜਾਂ 4 ਮਹੀਨੇ ਲਾ ਲਓ ਤੁਸੀਂ, ਜੇ ਇਹਨਾਂ ਦੀ ਚੰਗੀ ਸੇਵਾ ਕਰੋਗੇ ਤਾਂ ਭਰਾਵੋ ਜਿਹੜਾ ਇਹਨਾਂ ਦਾ ਮਤਲਬ ਡਿਵੈਲਪਮੈਂਟ ਹੈਗੀ ਉਹ ਪਹਿਲੇ 4 ਮਹੀਨਿਆਂ ਦੇ ਵਿੱਚ ਹੁੰਦੀ ਹੈਗੀ। ਜਿੱਦਾਂ ਆਪਾਂ ਕਹਿ ਦਿੰਦੇ ਹਾਂ ਕਿ ਮਿਲਕਿੰਗ ਸੈੱਲ ਲਾ ਲਓ, ਅਤੇ ਜੋ ਮਿਲਕ ਪ੍ਰੋਡਕਸ਼ਨ ਪੈਦਾ ਹੋਣੀ ਹੈਗੀ ਉਹ ਇਹਨਾਂ ਦੀ ਪਹਿਲੇ ਮਹੀਨੇ ਤੋਂ ਸ਼ੁਰੂ ਹੋ ਜਾਂਦੀ ਹੈਗੀ। ਜੇ ਵੀਰੋ ਆਪਾਂ ਇਹਨਾਂ ਦੀ ਪਹਿਲੇ 4 ਮਹੀਨੇ ਚੰਗੀ ਸੇਵਾ ਰੱਖਾਂਗੇ, ਵਧੀਆ ਕੇਅਰ ਕਰਾਂਗੇ, ਸਹੀ ਤਰੀਕੇ ਨਾਲ ਦੁੱਧ ਪਿਲਾਵਾਂਗੇ ਅਤੇ ਫੀਡ ਦੇਵਾਂਗੇ, ਤਾਂ ਵੀਰੋ ਉਹ ਇਹ ਗਰੰਟੀ ਹੈਗੀ ਵੀ ਇਹ ਪਹਿਲੇ ਸੂਏ 25+ ਦੁੱਧ ਜਾਣਗੀਆਂ। ਜੇ ਵੀਰੋ ਤੁਸੀਂ ਮਤਲਬ ਪਹਿਲੇ 4 ਮਹੀਨੇ ਸੇਵਾ ਨਹੀਂ ਕਰੋਗੇ ਅਤੇ ਉਸ ਤੋਂ ਬਾਅਦ ਜੇ ਆਪਾਂ ਇਹਨਾਂ ਦੀ ਸੇਵਾ ਕਰਾਂਗੇ 4 ਮਹੀਨਿਆਂ ਬਾਅਦ, ਤਾਂ ਇਹਨਾਂ ਦੀ ਜਿਹੜੀ ਗਰੋਥ ਹੈਗੀ ਦੇਖੋ ਉਹ ਤਾਂ ਵਧੀਆ ਹੋ ਜਾਊਗੀ, ਕੋਈ ਪ੍ਰੋਬਲਮ ਨਹੀਂ ਹੈਗੀ ਵੀ ਇੱਦਾਂ ਦੀ ਕੋਈ ਗੱਲ ਨਹੀਂ ਵੀ ਗਰੋਥ ਨਹੀਂ ਹੋਊਗੀ। ਪਰ ਵੀਰੋ ਫਿਰ ਜਿਹੜਾ ਦੁੱਧ ਹੈਗਾ ਉਹ ਤਾਂ ਹੀ 17-18 ਲੀਟਰ 'ਤੇ ਰਹਿ ਜਾਂਦਾ ਹੈਗਾ, 20 ਲੀਟਰ 'ਤੇ ਰਹਿ ਜਾਂਦਾ ਹੈਗਾ, ਵੀ ਐਨੀਮਲ ਤਾਂ ਬਹੁਤ ਤਕੜਾ ਹੁੰਦਾ ਹੈਗਾ ਅਤੇ ਭਰਾਵੋ, ਪਰ ਉਹਦੀ ਦੁੱਧ ਦੇਣ ਦੀ ਜਿਹੜੀ ਕਪੈਸਿਟੀ ਹੈਗੀ ਉਹ ਉਨੀ ਨਹੀਂ ਬਣਦੀ ਹੈਗੀ। ਤਾਂ ਕਰਕੇ ਇਹ ਸਭ ਤੋਂ ਮੇਨ ਫੈਕਟ ਹੈਗਾ ਪਹਿਲੇ 4 ਮਹੀਨੇ। ਜਿਹੜਾ ਵੀਰ ਪਹਿਲੇ 4 ਮਹੀਨੇ ਚੰਗੀ ਸੇਵਾ ਕਰੂਗਾ ਉਹ ਵੀਰੋ ਉਹੀ ਪਹਿਲਣ ਬੱਚੇ ਤੋਂ ਚੰਗਾ ਦੁੱਧ ਲਊਗਾ। ਜੇ ਤੁਸੀਂ ਨਹੀਂ ਸੇਵਾ ਕਰੋਗੇ ਬਾਅਦ ਦੇ ਵਿੱਚ ਜਿੰਨੀ ਮਰਜ਼ੀ ਸੇਵਾ ਕਰ ਲਿਓ, ਪਰ ਪਹਿਲੇ ਸੂਏ ਤੁਸੀਂ ਫਿਰ 15-16 ਲੀਟਰ 'ਤੇ ਆ ਕੇ ਰੁਕ ਜਾਓਗੇ। ਅਤੇ ਉਸ ਤੋਂ ਬਾਅਦ ਭਰਾਵੋ ਜੇ ਤੁਸੀਂ ਪਹਿਲੇ 4 ਮਹੀਨੇ ਮਤਲਬ ਚੰਗੀ ਤਰ੍ਹਾਂ ਸੇਵਾ ਕਰ ਲਈ, ਅਤੇ ਉਸ ਤੋਂ ਬਾਅਦ ਜੇ ਆਪਾਂ ਨੇ ਆਪਣਾ ਖਰਚਾ ਜਿਹੜਾ ਕੰਟਰੋਲ ਰੱਖਣਾ ਗਾ, ਮੰਨ ਲਓ ਥੋੜ੍ਹਾ ਬਹੁਤ ਘੱਟ ਕਰਨਾ ਗਾ, ਜੇ ਤੁਸੀਂ ਇਹਨਾਂ ਦੀ ਫੀਡ ਆ ਥੋੜ੍ਹੀ ਜਿਹੀ ਘਟਾ ਵੀ ਦਿਓਗੇ ਤਾਂ ਵੀ ਇਹਨਾਂ ਦੀ ਜਿਹੜੀ ਗਰੋਥ ਹੈਗੀ ਉਹ ਨਹੀਂ ਰੁਕੂਗੀ। ਗਰੋਥ ਮਤਲਬ ਪਹਿਲੇ 4 ਮਹੀਨਿਆਂ ਦੇ ਵਿੱਚ ਜੇ ਆਪਾਂ ਨੇ ਚੰਗੀ ਕਰਵਾ ਲਈ, ਉਸ ਤੋਂ ਬਾਅਦ ਤਾਂ ਵੀਰੋ ਆਟੋਮੈਟਿਕ ਜੇ ਆਪਾਂ ਚੰਗੀ ਮਤਲਬ ਸੈੱਲ ਜਪਾ ਰਹੇਗੇ ਤਾਂ ਉਹਦੇ ਨਾਲ ਵੀ ਗਰੋਥ ਬਣੀ ਜਾਣੀ ਹੈਗੀ। ਜੇ ਆਪਾਂ ਕਈ ਵਾਰੀ ਕੀ ਹੁੰਦਾ, ਚਲੋ ਖਰਚੇ ਜ਼ਿਆਦਾ ਹੋ ਜਾਂਦੇ ਨੇ, ਆਪਾਂ ਨੂੰ ਫੀਡ ਘਟਾਉਣੀ ਪੈ ਜਾਂਦੀ ਹੈਗੀ, ਫਿਰ ਉਸ ਤੋਂ ਬਾਅਦ ਆਪਾਂ ਘਟਾ ਸਕਦੇ ਹਾਂਗੇ ਥੋੜ੍ਹੀ ਬਹੁਤ ਥੋੜ੍ਹੇ ਟਾਈਮ ਲਈ, ਅਤੇ ਫਿਰ ਉਹ ਗਰੋਥ 'ਤੇ ਅਸਰ ਨਹੀਂ ਪਾਉਂਦੀ ਹੈਗੀ। ਪਰ ਪਹਿਲੇ 4 ਮਹੀਨੇ ਤੁਸੀਂ ਨੇ ਮਤਲਬ ਕੋਈ ਕੰਪਰੋਮਾਈਜ਼ ਨਹੀਂ ਕਰਨਾ ਹੈਗਾ, ਵੀ ਆਪਦੇ ਖਰਚੇ ਤੁਸੀਂ ਇਹਦੇ ਵਿੱਚ ਕੰਟਰੋਲ ਕਰ ਸਕਦੇ ਹੋਗੇ, ਪਰ ਬੱਚਿਆਂ ਦੇ ਜਿਹੜੇ ਖਰਚੇ ਨੇਗੇ ਪਹਿਲੇ 4 ਮਹੀਨੇ ਉਹ ਸਹੀ ਤਰੀਕੇ ਨਾਲ ਕਰਨੇ ਨੇਗੇ, ਫਿਰ ਉਹ ਵੀਰੋ ਅਤੇ ਫਿਰ ਇਹ ਭਰਾਵੋ ਜਿਹੜੀ ਚਮਕ ਹੈਗੀ ਉਹ ਚੰਗੀ ਤਰ੍ਹਾਂ ਆਊਗੀ। ਜਿਸ ਤਰ੍ਹਾਂ ਹੁਣ ਤੁਹਾਨੂੰ ਮੈਂ ਇੱਕ ਆਹ ਬੱਚਾ ਜਿਹੜਾ ਆਪਣਾ ਇਹਦਾ ਦਿਖਾਉਣਾ ਗਾ, ਅਤੇ ਵੀਰੋ ਤੁਸੀਂ ਚੈੱਕ ਕਰੋ ਜਿਹੜੇ ਬਾਲ ਨੇਗੇ ਇਹ ਸਾਰੇ ਉਤਰਨ ਲੱਗ ਗਏ, ਅਤੇ ਇਹ ਵੀਰੋ ਜ਼ਰੂਰੀ ਨੇਗੇ, ਇਹ ਬਾਲ ਮਤਲਬ ਬੱਚੇ ਦੇ ਉਤਰਨੇ ਜ਼ਰੂਰੀ ਨੇਗੇ, ਫਿਰ ਹੀ ਆਪਾਂ ਮਤਲਬ ਜਿਹੜੀ ਇਹਨਾਂ ਦੀ ਸ਼ਾਈਨਿੰਗ ਹੈਗੀ ਉਹ ਵਧੀਆ ਬਣਦੀ ਹੈਗੀ। ਅਤੇ ਇਟ ਮੀਨਸ ਇਹਨਾਂ ਦੀ ਜਿਹੜੀ ਡਾਇਟ ਆ, ਨਿਊਟ੍ਰੀਸ਼ਨ ਆ, ਉਹ ਇਹਨਾਂ ਦੇ ਅੰਦਰ ਸਹੀ ਤਰੀਕੇ ਨਾਲ ਜਾ ਰਿਹਾ ਹੈਗਾ। ਜੇ ਮੰਨ ਲਓ ਬੱਚਿਆਂ ਦੇ ਬਾਲ ਨਹੀਂ ਝੜ ਰਹੇ ਹੈਗੇ ਤਾਂ ਉਹ ਆਪਣੇ ਨਿਊਟ੍ਰੀਸ਼ਨ ਦੇ ਵਿੱਚ ਕਮੀ ਹੈਗੀ। ਮਤਲਬ ਇਹ ਬਹੁਤ ਜ਼ਰੂਰੀ ਫੈਕਟ ਹੈਗਾ। ਅਤੇ ਇੱਕ ਭਰਾਵੋ ਤੁਸੀਂ ਨੇ ਜ਼ਰੂਰ ਦੇਖਣਾ ਗਾ ਵੀ ਬੱਚਿਆਂ ਦੇ ਚਿੱਚੜ ਨਹੀਂ ਲੱਗਣੇ ਚਾਹੀਦੇ ਹੈਗੇ। ਜੇ ਚਿੱਚੜ ਲੱਗਣਗੇ ਭਰਾਵੋ ਦੇਖੋ ਫਿਰ ਇਹਨਾਂ ਦੀ ਜਿਹੜੀ ਗਰੋਥ ਹੈਗੀ ਉਹ ਵੀ ਰੁਕੂਗੀ, ਅਤੇ ਨਾਲੇ ਬਿਮਾਰ ਹੋਣ ਦਾ ਡਰ ਰਹਿੰਦਾ ਹੈਗਾ। ਅਤੇ ਭਰਾਵੋ ਬਾਕੀ ਜਿਹੜਾ ਮਿਲਕ ਰਿਪਰੈਸਰ ਹੈਗਾ, ਅਤੇ ਉਹ ਕਈ ਵੀਰ ਮਤਲਬ ਕਮੈਂਟ ਕਰ ਦਿੰਦੇ ਨੇਗੇ ਵੀ ਚੰਗਾ ਗਾ ਮਾੜਾ ਗਾ, ਅਤੇ ਕਈ ਕਹਿ ਦਿੰਦੇ ਨੇ ਮਤਲਬ ਇਹ ਚੀਜ਼ ਬਾਰੇ ਕੋਈ ਨੈਗੇਟਿਵ ਕਮੈਂਟ ਵੀ ਕਰ ਦਿੰਦੇ ਨੇਗੇ। ਅਤੇ ਭਰਾਵੋ ਮੈਂ ਕਹਿਣਾ ਚਾਹੁੰਦਾ ਗਾ ਜਿਹਨੇ ਮਿਲਕ ਰਿਪਲੇਸਰ ਪਾਉਣਾ ਗਾ ਤੁਸੀਂ ਪਾਓ, ਆਪਾਂ ਤੁਹਾਨੂੰ ਇਹ ਨਹੀਂ ਕਹਿ ਰਹੇ ਵੀ ਨਾ ਪਾਓ, ਪਰ ਮੈਂ ਤਾਂ ਇਹ ਦੱਸਿਆ ਗਾ ਵੀ ਉਹਦਾ ਕੋਈ ਰਿਜ਼ਲਟ ਨਹੀਂ ਹੈਗਾ। ਵੀ ਆਪਾਂ ਦੇਖੋ ਆਪਣੇ ਫਾਰਮ 'ਤੇ ਸਾਰੇ ਬੱਚਿਆਂ ਨੂੰ ਇਹਨਾਂ ਮਤਲਬ ਗਾਵਾਂ ਦਾ ਦੁੱਧ ਪਿਲਾਉਣੇ ਹੈਗੇ, ਪਹਿਲੇ 10-12 ਦਿਨ ਤਾਂ ਦੇਖੋ ਇਹਨਾਂ ਦੀ ਜਿਹੜੀ ਆਪਦੀ ਮਾਂ ਹੈਗੀ ਉਸ ਦਾ ਦੁੱਧ ਦਈਂਦਾ ਆਪਾਂ, ਅਤੇ ਉਸ ਤੋਂ ਬਾਅਦ ਭਰਾਵੋ ਫਿਰ ਕੋਈ ਪ੍ਰੋਬਲਮ ਨਹੀਂ ਹੈਗੀ। ਫਿਰ ਇੱਕ ਗਾਂ ਦਾ ਜਿਹੜੀ ਫਰੈਸ਼ ਮਤਲਬ ਸੂਆ ਪਿਆ ਹੁੰਦਾ ਹੈਗਾ, ਜਿਵੇਂ ਮੰਨ ਲਓ ਇਹਨਾਂ ਦੇ ਪੰਜਾਂ ਦੇ ਵਿੱਚੋਂ ਜਿਹੜੀ ਸਭ ਤੋਂ ਮਤਲਬ ਬਾਅਦ ਦੇ ਵਿੱਚ ਜਿਵੇਂ ਗਾਂ ਸੂਈ ਹੈ, ਜਿਵੇਂ ਮੰਨ ਲਓ ਆਹ 20 ਨੰਬਰ ਅਟੈਗ ਆ ਜਿਹੜਾ ਸਭ ਤੋਂ ਲਾਸਟ 'ਤੇ ਆ, ਇਹਦੀ ਮਾਂ ਦਾ ਜਿਹੜਾ ਦੁੱਧ ਆ ਆਪਾਂ ਵੀਰੋ ਸਾਰਾ ਰੱਖ ਲੈਂਦੇ ਹਾਂਗੇ, ਫਿਰ ਉਹ ਸਾਰਾ ਦੁੱਧ ਇਹਨਾਂ ਨੂੰ ਪਿਲਾਉਣੇ ਹਾਂਗੇ, ਅਤੇ ਇੱਦਾਂ ਕਰਦੇ ਹਾਂ ਆਪਾਂ 10-12 ਦਿਨਾਂ ਬਾਅਦ। ਅਤੇ ਭਰਾਵੋ ਜਿਨ੍ਹਾਂ ਨੇ ਮਿਲਕ ਰਿਪਲੇਸਰ ਪਿਲਾਉਣਾ ਹੈਗਾ ਉਹ ਪਿਲਾ ਸਕਦੇ ਨੇਗੇ, ਜਿਹੜੇ ਕਮੈਂਟ ਕਰਦੇ ਨੇਗੇ ਵੀ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਵੀ ਮੈਂ ਤੁਹਾਨੂੰ ਇਹ ਮਨਾ ਕਰ ਰਿਹਾ ਹਾਂਗਾ, ਮੈਂ ਤਾਂ ਇਹ ਦੱਸ ਰਿਹਾ ਹਾਂਗਾ ਵੀ ਉਹ ਪੈਸੇ ਖਰਾਬ ਨੇ, ਬਰਬਾਦ ਨੇਗੇ, ਉਹ ਬੇਫਾਲਤੂ ਆਪਾਂ ਉਹਨਾਂ ਨੂੰ ਪੈਸੇ ਦੇ ਰਹੇ ਹਾਂਗੇ, ਉਹਦਾ ਕੋਈ ਬਾਹਲਾ ਰਿਜ਼ਲਟ ਨਹੀਂ ਹੈਗਾ। ਉਹਦਾ ਰਿਜ਼ਲਟ ਉੱਥੇ ਹੁੰਦਾ ਗਾ ਜਿੱਥੇ ਐਨੀਮਲ ਜ਼ਿਆਦਾ ਸੂਆ ਪੈਂਦਾ ਗਾ, ਵੀ ਚਲੋ ਉੱਥੇ ਥੋੜ੍ਹਾ ਬਹੁਤ ਪ੍ਰੋਫਿਟ ਹੋ ਜਾਂਦਾ ਗਾ, ਅਤੇ ਉਹ ਜਿਹਾ ਆਪਾਂ ਨੂੰ ਉਹ ਵੱਧ ਵੀ ਪਿਲਾਉਣਾ ਪੈਂਦਾ ਗਾ ਵੀਰੋ, ਅਤੇ ਲੰਬੇ ਸਮੇਂ ਲਈ ਪਿਲਾਉਣਾ ਪੈਂਦਾ, ਘੱਟੋ ਘੱਟ 2.5 ਮਹੀਨੇ ਤੱਕ ਜੇ ਪਿਲਾਵਾਂਗੇ ਫਿਰ ਇਹ ਉਹਦਾ ਬੈਨੀਫਿਟ ਹੈਗਾ, ਅਤੇ ਕੋਈ ਬਾਹਲਾ ਸਸਤਾ ਵੀ ਨਹੀਂ ਪੈਂਦਾ ਹੈਗਾ। ਜੇ ਆਪਾਂ ਸੋਚੀਏ ਵੀ ਉਹ ਕੋਈ 15-20 ਰੁਪਏ ਕਿਲੋ ਹੈਗਾ, 33-34 ਰੁਪਏ ਕਿਲੋ ਦੇ ਆਸ ਪਾਸ ਵੀਰੋ ਉਹਦੀ ਕੋਸਟ ਭਿੜਦੀ ਹੈਗੀ, ਅਤੇ ਦੁੱਧ ਆਪਣਾ ਲੱਗਦਾ ਹੈਗਾ 40-42 ਰੁਪਏ ਲੀਟਰ, ਅਤੇ 5-7 ਰੁਪਈਆਂ ਪਿੱਛੇ, ਅਤੇ ਆਪਾਂ ਆਪਣੇ ਬੱਚਿਆਂ ਦੀ ਗਰੋਥ ਨਹੀਂ ਰੋਕਦੇ ਹੈਗੇ। ਕਿਉਂਕਿ ਮੈਂ ਇੱਕ ਵਾਰੀ ਇਹ ਕਰਕੇ ਦੇਖਿਆ ਹੈਗਾ ਅਤੇ ਆਪਾਂ ਨੂੰ ਕੋਈ ਰਿਜ਼ਲਟ ਨਹੀਂ ਮਿਲਿਆ ਹੈਗਾ। ਹੁਣ ਇਹ ਸਾਰੇ
ਮਤਲਬ ਜਿਹੜੇ ਬੱਚੇ ਨੇ ਤੁਸੀਂ ਦੇਖ ਸਕਦੇ ਹੋ ਕੋਈ ਇਹਨਾਂ ਦਾ ਜਿਹੜਾ ਪਿੰਜਰਾ ਹੈਗਾ ਵੀਰੋ ਉਹ ਨਹੀਂ ਆਪਣੇ ਬਣਾਇਆ ਹੈਗਾ ਬਿਨਾਂ ਪਿੰਜਰੇ ਤੋਂ ਆਪਾਂ ਬੰਨ ਕੇ ਏਦਾਂ ਇਹਨਾਂ ਦੀ ਜਿਹੜੀ ਗਰੋਥ ਆ ਗਈ ਚੰਗੀ ਤਰ੍ਹਾਂ ਆਪਾਂ ਵੀਰੋ ਲੈ ਰਹੇ ਹਾਂ ਕਈ ਵੀਰ ਹੁਣ ਕਹਿ ਦਿੰਦੇ ਨੇ ਵੀ ਪਿੰਜਰਿਆਂ ਦੇ ਵਿੱਚ ਗਰੋਥ ਵਧੀਆ ਹੁੰਦੀ ਹੈਗੀ ਇੱਦਾਂ ਗਰੋਥ ਨਹੀਂ ਆਉਂਦੀ ਉਹ ਵੀਰੋ ਇੱਕ ਐਕਸਕਿਊਜ਼ ਹੋ ਜਾਂਦਾ ਹੈਗਾ ਵੀ ਇੱਕ ਆਪਾਂ ਬਹਾਨਾ ਲੱਭ ਲੈਂਦੇ ਹੈਗੇ ਵੀ ਯਾਰ ਪਿੰਜਰੇ ਤਾਂ ਹੈ ਨਹੀਂ ਵੀ ਤਾਂ ਕਰਕੇ ਗਰੋਥ ਰੁਕੀ ਹੋਈ ਹੈਗੀ ਤੇ ਭਰਾਵੋ ਜੇ ਆਪਾਂ ਨੇ ਮਤਲਬ ਗਰੋਥ ਵਧਾਉਣੀ ਹੈਗੀ ਤਾਂ ਬਿਨਾਂ ਪਿੰਜਰਿਆਂ ਤੋਂ ਵੀ ਆਪਾਂ ਇਹਨਾਂ ਦੀ ਗਰੋਥ ਆ ਜਿਹੜੀ ਕਰ ਸਕਦੇ ਹਾਂਗੇ ਤੇ ਜੇ ਤੁਸੀਂ ਇਹਨਾਂ ਨੂੰ ਸਹੀ ਤਰੀਕੇ ਨਾਲ ਦੁੱਧ ਅਤੇ ਟਾਈਮ 'ਤੇ ਫੀਡ ਰੱਖੋਗੇ ਤਾਂ ਵੀਰੋ ਜਿਹੜੀ ਗਰੋਥ ਹੈਗੀ ਉਹ ਉਹਦੇ ਬਰਾਬਰ ਹੀ ਜਾਊਗੀ ਬਸ ਇਹਦੇ ਵਿੱਚ ਇਹ ਹੈ ਕਿ ਥੋੜ੍ਹੀ ਜਿਹੀ ਆਪਾਂ ਨੂੰ ਮਿਹਨਤ ਕਰਨੀ ਪੈਂਦੀ ਹੈਗੀ ਉੱਥੇ ਆਇਆ ਵੀ ਫੀਡ 'ਤੇ ਪਾਣੀ ਆਪਦਾ ਰੱਖੋ ਅਤੇ ਉਦੋਂ ਬਾਅਦ ਆਪਣੀ ਕੋਈ ਟੈਨਸ਼ਨ ਨਹੀਂ ਹੈਗੀ ਇੱਥੇ ਇਹ ਹੈ ਕਿ ਇਹਨਾਂ ਨੂੰ ਟਾਈਮ ਟੂ ਟਾਈਮ ਆਪਾਂ ਨੂੰ ਦੇਣਾ ਪੈਂਦਾ ਖਵਾਉਣਾ ਪੈਂਦਾ ਲਵੇ ਖੜ ਕੇ ਦੇਖਣਾ ਪੈਂਦਾ ਗਾ ਕਈ ਵਾਰੀ ਫੀਡ ਆ ਜਿਹੜੀ ਡੋਲ ਦਿੰਦੇ ਨੇ ਵੀ ਥੋੜ੍ਹੀ ਬਹੁਤ ਖੇਚਲਾ ਕਰਨੀ ਪੈਂਦੀ ਹੈਗੀ ਅਤੇ ਬਾਕੀ ਭਰਾਵੋ ਮਤਲਬ ਜਿਹੜੀ ਗਰੋਥ ਹੈਗੀ ਬਹੁਤ ਵਧੀਆ ਹੋ ਰਹੀ ਹੈਗੀ ਕਿਉਂਕਿ ਇਹਦਾ ਕਾਰਨ ਇਹ ਹੈਗਾ ਵੀ ਜਿਹੜਾ ਆਪਾਂ ਦੁੱਧ ਹੈਗਾ ਇਹਨਾਂ ਨੂੰ ਪਹਿਲੇ 20 ਦਿਨ 7 ਤੋਂ 8 ਲੀਟਰ ਰੱਖ ਦਿਆਂਗੇ ਅਤੇ ਫਿਰ ਇਹਨਾਂ ਦੀ ਗਰੋਥ ਬਣੂਗੀ ਜੇ ਆਪਾਂ 4-5 ਲੀਟਰ ਦੁੱਧ ਦੇਵਾਂਗੇ ਉਹਦੇ ਨਾਲ ਵੀਰੋ ਇਹਨਾਂ ਦੀ ਗਰੋਥ ਆ ਜਿਹੜੀ ਉਹ ਇੰਨੀ ਜ਼ਿਆਦਾ ਨਹੀਂ ਹੋਊਗੀ ਜੇ ਆਪਣੇ ਗਰੋਥ ਚੰਗੀ ਲੈਣੀ ਹੈਗੀ ਅਤੇ ਸਹੀ ਟਾਈਮ 'ਤੇ ਵੀ 13-14 ਮਹੀਨਿਆਂ ਦੇ ਵਿੱਚ ਆਪਾਂ AI ਕਰਵਾ ਦਈਏ ਅਤੇ ਕਿਸਾਨ ਭਰਾਵੋ ਜਦੋਂ ਇਹ ਬੱਚੇ ਆਪਣੇ ਮਤਲਬ 3 ਮਹੀਨਿਆਂ ਤੋਂ ਪਲੱਸ ਹੋ ਗਏ ਫਿਰ ਉਸ ਤੋਂ ਬਾਅਦ ਵੀ ਆਪਾਂ ਤੁਹਾਨੂੰ ਇਹਨਾਂ ਦੀ ਜਿਹੜੀ ਗਰੋਥ ਹੈਗੀ ਚੈੱਕ ਕਰਵਾਵਾਂਗੇ ਵੀ ਕੀ ਇੰਪਰੂਵਮੈਂਟ ਆਈ ਹੈਗੀ ਅਤੇ ਮਤਲਬ ਕਿੰਨਾ ਇਹਨਾਂ ਨੇ 3 ਮਹੀਨਿਆਂ ਦੇ ਵਿੱਚ ਜਿਹੜਾ ਬੋਡੀ ਵੇਟ ਆ ਵੀ ਕਿਸ ਤਰ੍ਹਾਂ ਦਾ ਹੋਇਆ ਹੈਗਾ ਅਤੇ ਭਰਾਵੋ ਇਹ ਆਪਾਂ ਤੁਹਾਨੂੰ ਸਾਰਾ ਵੀਡੀਓ ਦੇ ਵਿੱਚ ਦਿਖਾਵਾਂਗੇ ਅਤੇ ਤੁਹਾਨੂੰ ਵੀ ਇਹ ਚੀਜ਼ ਦਾ ਬਾਰੇ ਪਤਾ ਲੱਗੂਗਾ ਕਿ ਕੋਈ ਜ਼ਿਆਦਾ ਖਰਚਾ ਨਹੀਂ ਆਉਂਦਾ ਹੈਗਾ ਅਤੇ ਬਸ ਇੱਕ ਇਹ ਆ ਵੀ ਥੋੜ੍ਹੀ ਜਿਹੀ ਮਿਹਨਤ ਕਰਨੀ ਜ਼ਰੂਰੀ ਹੈਗੀ ਅਤੇ ਦੁੱਧ ਆ ਜਿਹੜਾ ਮੇਨ ਰੋਲ ਦੁੱਧ ਦਾ ਹੈਗਾ ਵੀਰੋ ਜੇ ਦੁੱਧ ਤੁਸੀਂ ਦੁੱਧ ਮਤਲਬ ਸਹੀ ਤਰੀਕੇ ਨਾਲ ਪਲਿਆ ਦੋਗੇ ਫਿਰ ਇਹਨਾਂ ਦੀ ਗਰੋਥ ਆ ਜਿਹੜੀ ਬਹੁਤ ਸੋਹਣੀ ਹੋਊਗੀ ਅਤੇ ਕਿਸਾਨ ਵੀਰੋ ਬਾਕੀ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਅਤੇ ਆਪਣੇ ਚੈਨਲ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਅਤੇ ਮਿਲਾਂਗੇ ਵੀਰੋ ਆਪਾਂ ਕੋਈ ਹੋਰ ਨਵੀਂ ਇਨਫੋਰਮੇਸ਼ਨ ਦੇ ਨਾਲ ਉਦੋਂ ਤੱਕ ਲਈ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ।